ਅੱਜ ਅੰਮ੍ਰਿਤਸਰ ਪੁਲਿਸ ਨੇ ਹੁਸ਼ਿਆਰਪੁਰ ਤੋਂ 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਔਰ ਜਿਹੜੇ 2 ਬਦਮਾਸ਼ ਜਿਨ੍ਹਾਂ ਵੱਲੋਂ NRE ਦੇ ਘਰ ਦੇ ਅੰਦਰ ਜਾ ਕੇ ਫਾਇਰਿੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਜਦੋਂ ਲੈ ਕੇ ਅੰਮ੍ਰਿਤਸਰ ਪੁਲਿਸ ਇਸ ਥਾਂ ਤੇ ਪਹੁੰਚਦੀ ਹੈ ਤਾਂ ਉੱਥੇ ਉਹਨਾਂ ਦੋਵਾਂ ਬਦਮਾਸ਼ਾਂ ਵੱਲੋਂ ਪੁਲਿਸ ਦੀ ਟੀਮ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਜੋ ਹੈ ਦੋਵੇਂ ਬਦਮਾਸ਼ ਜ਼ਖਮੀ ਹੋਏ ਨੇ ਤਾਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਅੱਜ ਦੁਪਹਿਰ ਤੋਂ ਹੀ ਇਹ ਜਿਹੜੀ ਚਰਚਾ ਹੈ ਉਹ ਛਿੜ ਰਹੀ ਸੀ ਕਿ ਆਖਿਰਕਾਰ ਇਹਨਾਂ ਨੂੰ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਜੋ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਪੁਲਿਸ ਨੇ ਕਿਉਂਕਿ ਜਿਹੜੇ ਵੈਪਨ ਉਸ ਵੇਲੇ ਇਸਤੇਮਾਲ ਹੋਏ ਸੀ ਉਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਕਰਨੀ ਸੀ ਤਾਂ ਤੁਸੀਂ ਦੇਖ ਸਕਦੇ ਕਿ ਸਾਹਮਣੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਮੌਜੂਦ ਨੇ ਅਭਿਮੰਨਿਉ ਰਾਣਾ ਔਰ ਵਿਸ਼ਾਲਜੀਤ ਜੋ ਕਿ ਉਦੋਂ ਤੋਂ ਹੀ ਲਗਾਤਾਰ ਇਸ ਪੂਰੇ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਸੀ ਜਦੋਂ ਤੋਂ ਇਹ ਜਿਹੜੀ ਤਸਵੀਰ ਸਾਹਮਣੇ ਆਈ CCTV ਕੇ ਬੜੇ ਇੱਕ ਅਸੀਂ ਕਹਿ ਸਕਦੇ ਕਿ ਨਿਡਰ ਹੋ ਕੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਔਰ ਇੱਕ NRI ਹਾਲਾਂਕਿ ਦੋਵਾਂ ਦਾ ਇੱਕ ਪਰਿਵਾਰਿਕ ਵਿਵਾਦ ਸੀ ਪਰ ਇੱਕ ਦਿਨ ਦਿਹਾੜੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਫਾਇਰਿੰਗ ਕਰਨਾ ਉਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਖੜੇ ਕਰ ਰਿਹਾ ਸੀ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਇਹ ਉਹ ਜਗ੍ਹਾ ਹੈ ਜਿੱਥੇ ਪੁਲਿਸ ਦੀ ਟੀਮ ਉਹਨਾਂ ਦੋਵਾਂ ਬਦਮਾਸ਼ਾਂ ਨੂੰ ਲੈ ਕੇ ਪਹੁੰਚਦੀ ਹੈ ਕਿਉਂਕਿ ਜਿਹੜੇ ਵੈਪਨ ਨੇ ਉਹ ਰਿਕਵਰ ਕੀਤੇ ਜਾਣੇ ਸੀ ਕਿਉਂਕਿ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਨਹੀਂ ਤਾਂ ਕਿਉਂਕਿ ਜੇਕਰ ਰਿਕਵਰੀ ਨਹੀਂ ਹੁੰਦੀ ਤਾਂ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾਂਦੀ ਤਾਂ ਪੁਲਿਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਵੈਪਨ ਕਿਸੇ ਵੀ ਘਟਨਾ ਦੇ ਵਿੱਚ ਇਸਤੇਮਾਲ ਕੀਤੇ ਗਏ ਹੋਣ ਉਹਨਾਂ ਦੀ ਪਹਿਲਾਂ ਰਿਕਵਰੀ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਅੱਜ ਪੁਲਿਸ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਜੇਠੂਵਾਲ ਪਿੰਡ ਦੇ ਨੇੜੇ ਜਿਹੜੀ ਨਹਿਰ ਹੈ ਉਸ ਦੇ ਕੰਢੇ ਪਹੁੰਚੀ ਸੀ ਕਿਉਂਕਿ ਪੁਲਿਸ ਨੂੰ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਜਿਹੜੇ ਵੈਪਨ ਦੇਸੀ ਜਿਹੜੇ ਪਿਸਟਲ ਨੇ ਜਾਂ ਦੇਸੀ ਕੱਟੇ ਅਸੀਂ ਕਹੀਏ ਕਿ ਉਹ ਜਿਹੜੇ ਇਸਤੇਮਾਲ ਹੋਏ ਸੀ ਉਸ ਦਿਨ ਸੁਖਚੈਨ ਸਿੰਘ ਦੇ ਉੱਤੇ ਗੋਲੀਆਂ ਚਲਾਉਣ ਦੇ ਲਈ ਤਾਂ ਉਹ ਪੁਲਿਸ ਨੂੰ ਉਹਨਾਂ ਨੇ ਕਿਹਾ ਕਿ ਉਹ ਅਸੀਂ ਇਸ ਜਗ੍ਹਾ ਤੇ ਲਕੋਏ ਹਨ ਤਾਂ ਜਿੱਦਾਂ ਹੀ ਪੁਲਿਸ ਉਹਨਾਂ ਨੂੰ ਲੈ ਕੇ ਇੱਥੇ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਜੋ ਹੈ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਫਾਇਰ ਕੀਤੇ ਜਾਂਦੇ ਨੇ ਤਾਂ ਹੁਣ ਜਿਹੜੀ ਤਾਜ਼ਾ ਜਾਣਕਾਰੀ ਕੁਝ ਦੇਰ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ ਦੋਵੇਂ ਜਿਹੜੇ ਬਦਮਾਸ਼ ਨੇ ਜਿਹੜੇ ਕਿ ਉਸ ਦਿਨ CCTV ਤਸਵੀਰਾਂ ਦੇ ਵਿੱਚ ਉਹਨਾਂ ਦੇ ਚਿਹਰੇ ਸਾਫ਼ ਤੌਰ 'ਤੇ ਦੇਖੇ ਜਾ ਸਕਦੇ ਸੀ ਉਸ ਤੋਂ ਬਾਅਦ ਲਗਾਤਾਰ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਸੀ ਕਿ ਆਖਿਰਕਾਰ ਪੁਲਿਸ ਉਹਨਾਂ ਤੱਕ ਕਦੋਂ ਪਹੁੰਚਦੀ ਹੈ ਤਾਂ ਅੱਜ ਪਹਿਲਾਂ ਉਹਨਾਂ ਨੂੰ ਜੋ ਹੈ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਪੁਲਿਸ ਕਮਿਸ਼ਨਰ ਨੇ ਕੱਲ੍ਹ ਹੀ ਇਹ ਜਾਣਕਾਰੀ ਦਿੱਤੀ ਸੀ ਕਿ 6 ਜਿਹੜੀਆਂ ਵੱਖ ਵੱਖ ਟੀਮਾਂ ਨੇ ਉਹ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀਆਂ ਨੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਪੁਲਿਸ ਦੀਆਂ ਜਿਹੜੀਆਂ ਹੋਰ ਟੀਮਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਪੂਰੇ ਇਸ ਇਲਾਕੇ ਨੂੰ ਕੋਡਨ ਆਫ ਕੀਤਾ ਗਿਆ ਕਿਉਂਕਿ ਇਸ ਰਸਤੇ ਤੋਂ ਅਕਸਰ ਲੋਕ ਆਉਂਦੇ ਜਾਂਦੇ ਨੇ ਪਰ ਜਦੋਂ ਤੋਂ ਇਹ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕਾਰਵਾਈ ਪੁਲਿਸ ਦੀ ਹੋਈ ਹੈ ਤਾਂ ਉਸ ਤੋਂ ਬਾਅਦ ਇਸ ਰਸਤੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਤਾਂ ਹੁਣ ਇੱਥੋਂ ਦੀ ਜਿਹੜੀ ਜਾਂਚ ਹੈ ਪੁਲਿਸ ਵੱਲੋਂ ਕੀਤੀ ਜਾਣੀ ਹੈ ਕਿਉਂਕਿ ਉਸ ਪਾਸਿਓਂ ਜਿੱਥੇ ਪੁਲਿਸ ਅਧਿਕਾਰੀ ਇਸ਼ਾਰਾ ਕਰ ਰਹੇ ਨੇ ਤਾਂ ਉਸ ਥਾਂ 'ਤੇ ਇਹਨਾਂ ਵੱਲੋਂ ਵੈਪਨ ਜਿਹੜੇ ਨੇ ਉਹ ਲੁਕਾਏ ਗਏ ਸੀ ਤਾਂ ਜਦੋਂ ਪੁਲਿਸ ਇਹਨਾਂ ਨੂੰ ਲੈ ਕੇ ਇੱਥੇ ਪਹੁੰਚਦੀ ਹੈ ਤਾਂ ਜਿੱਦਾਂ ਹੀ ਉਹ ਵੈਪਨ ਉੱਥੋਂ ਕੱਢਦੇ ਨੇ ਜੋ ਪੁਲਿਸ ਦਾ ਬਿਆਨ ਹੈ ਜੋ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਦੋਂ ਜਦੋਂ ਇਹ ਪੁਲਿਸ ਦੀ ਟੀਮ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਦੋਵਾਂ ਦੇ ਜਿਹੜੀ ਗੋਲੀ ਹੈ ਉਹ ਲੱਗਦੀ ਹੈ ਕੁਝ ਖੋਲ ਇੱਥੇ ਨਜ਼ਰ ਆ ਰਹੇ ਨੇ ਜੇਕਰ ਮੈਂ ਦਿਖਾ ਸਕਾਂ ਤਾਂ ਇੱਥੇ ਤੁਸੀਂ ਦੇਖੋ ਕਿ ਉਹਨਾਂ ਦੀ ਜਿਹੜੀ ਨਿਸ਼ਾਨਦੇਹੀ ਹੈ ਉਹ ਕੀਤੀ ਗਈ ਹੈ ਇੱਕ ਖੋਲ ਇਸ ਥਾਂ 'ਤੇ ਨਜ਼ਰ ਆ ਰਿਹਾ ਔਰ ਇੱਕ ਬਿਲਕੁਲ ਥੋੜ੍ਹਾ ਇਸ ਖੋਲ ਤੋਂ ਥੋੜ੍ਹੀ ਦੂਰੀ ਦੇ ਉੱਤੇ ਇੱਕ ਹੋਰ ਖੋਲ ਜਿਹੜਾ ਉਸ ਨੂੰ ਵੀ ਤੁਸੀਂ ਦੇਖੋ ਕਿ ਉਸ ਦੇ ਆਲੇ ਦੁਆਲੇ ਵੀ ਨਿਸ਼ਾਨਦੇਹੀ ਕੀਤੀ ਗਈ ਕਿਉਂਕਿ ਇਸ ਦੀ ਹੁਣ ਜਾਂਚ ਕੀਤੀ ਜਾਏਗੀ ਜਿਹੜੀ ਪੁਲਿਸ ਦੀ ਫੋਰੈਂਸਿਕ ਟੀਮ ਹੈ ਉਸ ਵੱਲੋਂ ਪੂਰਾ ਅਸੀਂ ਕਹਿ ਸਕਦੇ ਇਸ ਘਟਨਾਕ੍ਰਮ ਦੇ
ਇੱਕ ਇੱਕ ਚੀਜ਼ ਜਿਹੜੀ ਹੈ ਇੱਕ ਇੱਕ ਪਹਿਲੂ ਤੋਂ ਜਾਂਚ ਹੋਏਗੀ, ਕਿਉਂਕਿ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਅਦਾਲਤਾਂ ਦੇ ਵਿੱਚ ਖੜੇ ਹੁੰਦੇ ਨੇ। ਤਾਂ ਇਸ ਕਰਕੇ ਪੁਲਿਸ ਵੱਲੋਂ ਇਸ ਪੂਰਾ ਜੋ ਅੱਜ ਦਾ ਇੰਸੀਡੈਂਟ ਵਾਪਰਿਆ ਉਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਦੇਰ ਪਹਿਲਾਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਖੁਦ ਇੱਥੇ ਪਹੁੰਚੇ ਸੀ ਔਰ ਉਹਨਾਂ ਵੱਲੋਂ ਹੀ ਹੁਣ ਜਿਹੜੀ ਅਗਲੀ ਕਾਰਵਾਈ ਦੇ ਨਿਰਦੇਸ਼ ਇਹਨਾਂ ਸਾਰੇ ਅਧਿਕਾਰੀਆਂ ਨੂੰ, ਪੁਲਿਸ ਦੇ ਜਿੰਨੇ ਵੀ ਅਧਿਕਾਰੀ ਨੇ ਹੋਰ ਮੁਲਾਜ਼ਮ ਨੇ, ਤਾਂ ਉਹ ਇਸ ਵੇਲੇ ਆਪਣੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇੱਕ ਸਭ ਤੋਂ ਅਹਿਮ ਜਿਹੜੀ ਚੀਜ਼ ਸਾਂਝੀ ਕਰਨ ਵਾਲੀ ਹੈ ਕਿ ਪਰਸੋਂ ਸਵੇਰੇ 7 ਵਜੇ ਦੇ ਕਰੀਬ ਜਦੋਂ ਸੁਖਚੈਨ ਸਿੰਘ ਆਪਣੇ ਘਰ ਤੋਂ ਜਿੰਮ ਦੇ ਲਈ ਨਿਕਲਣ ਲੱਗਦਾ ਤਾਂ ਉਦੋਂ ਇਹ ਜਿਹੜੇ ਦੋਵੇਂ ਬਦਮਾਸ਼ ਨੇ ਇੱਕ ਬਾਈਕ 'ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਪਹੁੰਚਦੇ ਨੇ ਦਬੁਰਜੀ ਪਿੰਡ ਦੇ ਵਿੱਚ, ਔਰ ਉਸ ਤੋਂ ਬਾਅਦ ਸ਼ਰੇਆਮ ਉਸਦੇ ਘਰ ਦੇ ਅੰਦਰ ਜਾ ਕੇ ਬਿਲਕੁਲ ਜਿੱਥੇ ਉਸਦਾ ਬੈੱਡਰੂਮ ਸੀ ਉੱਥੇ ਬਾਹਰ ਜਾ ਕੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ, ਜਿਸ ਦੇ ਵਿੱਚ 2 ਗੋਲੀਆਂ ਸੁਖਚੈਨ ਸਿੰਘ ਦੇ ਲੱਗਦੀਆਂ ਨੇ ਔਰ ਸੁਖਚੈਨ ਸਿੰਘ ਨੂੰ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਪਰ ਜਿੱਦਾਂ ਹੀ CCTV ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਔਰ DGP ਖੁਦ ਇਸ ਪੂਰੇ ਕੇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਸੀ ਕਿ ਇਸ ਕੇਸ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ। ਪਰ ਕਿਉਂਕਿ ਜਿਹੜੇ ਬਦਮਾਸ਼ ਸੀ ਉਹਨਾਂ ਨੇ ਬੜੀ ਇੱਕ ਅਸੀਂ ਕਹਿ ਸਕਦੇ ਕਿ ਦਿਲਵਧੀ ਦੇ ਨਾਲ ਇਹ ਪੂਰੀ ਜਿਹੜੀ ਘਟਨਾ ਉਸ ਨੂੰ ਅੰਜਾਮ ਦਿੱਤਾ ਸੀ, ਤਾਂ ਲਗਾਤਾਰ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਸੁਖਚੈਨ ਸਿੰਘ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ FIR ਦਰਜ ਕੀਤੀ ਔਰ ਉਸ ਤੋਂ ਬਾਅਦ ਕੱਲ੍ਹ 5 ਲੋਕਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਗਈ ਸੀ। ਉਹ 5 ਲੋਕ ਉਹ ਸਨ ਜਿਨ੍ਹਾਂ ਨੇ ਇਹਨਾਂ ਬਦਮਾਸ਼ਾਂ ਦੀ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਸੀ, ਚਾਹੇ ਉਹ ਹੋਟਲ ਮਾਲਿਕ ਹੋਵੇ, ਹੋਟਲ ਦਾ ਮੈਨੇਜਰ ਹੋਵੇ, ਜਾਂ ਫਿਰ ਜਿਹੜੇ ਲੋਕਾਂ ਨੇ ਬਾਹਰੋਂ ਜਿਹੜਾ ਪੈਸਾ ਟ੍ਰਾਂਸਫਰ ਕੀਤਾ ਗਿਆ ਸੀ ਉਹ ਇਹਨਾਂ ਤੱਕ ਬਦਮਾਸ਼ਾਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਸੀ। ਤਾਂ ਹੁਣ ਤੁਸੀਂ ਦੇਖੋ ਕਿ ਪੁਲਿਸ ਦੀ ਜਿਹੜੀ ਟੀਮ ਹੈ ਉਸ ਵੱਲੋਂ ਇੱਥੇ ਆਪਣੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਇਹ ਪੂਰੀ ਜਿਹੜੀ ਘਟਨਾ ਉਸ ਵੇਲੇ ਪੂਰਾ ਜਿਹੜਾ ਅਸੀਂ ਕਹਿ ਸਕਦੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੂੰ ਗੋਲੀ ਪੁਲਿਸ ਨੂੰ ਚਲਾਉਣੀ ਪਈ, ਤਾਂ ਉਸਦੇ ਪਿੱਛੇ ਵਜ੍ਹਾ ਇਹ ਹੈ ਕਿ ਜਿਹੜੇ 2 ਵੈਪਨ ਜਿਹੜੇ ਦੇਸੀ ਉਸ ਘਟਨਾ ਦੇ ਵਿੱਚ ਵਰਤੇ ਗਏ ਸੀ, ਜਿਹੜਾ ਉਸ ਦਿਨ ਇੰਸੀਡੈਂਟ ਵਾਪਰਿਆ ਸੀ ਸੁਖਚੈਨ ਸਿੰਘ ਦੇ ਉੱਪਰ ਜਿਹੜਾ ਗੋਲੀਆਂ ਚਲਾਉਣ ਦੇ ਲਈ ਜਿਹੜੇ ਵੈਪਨ ਵਰਤੇ ਗਏ ਸੀ, ਤਾਂ ਉਹਨਾਂ ਨੂੰ ਪੁਲਿਸ ਨੇ ਰਿਕਵਰ ਕਰਨਾ ਸੀ। ਤਾਂ ਹੁਣ ਤੁਸੀਂ ਦੇਖੋ ਕਿ ਪੂਰੇ ਇਸ ਇਲਾਕੇ ਨੂੰ ਕਾਰਡਨ ਆਫ ਕਰ ਦਿੱਤਾ ਗਿਆ ਔਰ ਆਪਣੀ ਜਿਹੜੀ ਕਾਰਵਾਈ ਹੈ ਪੁਲਿਸ ਦੀ ਅਗਲੀ ਉਹ ਇਸ ਵੇਲੇ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਦੇਰ ਪਹਿਲਾਂ ਪੁਲਿਸ ਕਮਿਸ਼ਨਰ ਨੇ ਖੁਦ ਇੱਥੇ ਆ ਕੇ ਪੂਰੇ ਜੋ ਵੀ ਇੱਥੇ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਲਿਆ। ਅਧਿਕਾਰੀ ਜਿਹੜੇ ਇੱਥੇ ਮੌਜੂਦ ਸੀ ਜਿਨ੍ਹਾਂ ਵੱਲੋਂ ਇਸ ਪੂਰਾ ਜਿਹੜਾ ਅਸੀਂ ਓਪਰੇਸ਼ਨ ਕਹਿ ਸਕਦੇ ਇਸ ਨੂੰ, ਕਿਉਂਕਿ ਹਾਲਾਂਕਿ ਵੈਸੇ ਪੁਲਿਸ ਇੱਥੇ ਰਿਕਵਰੀ ਦੇ ਲਈ ਪਹੁੰਚੀ ਸੀ, ਪਰ ਬਾਅਦ ਦੇ ਵਿੱਚ ਇੱਕ ਇਸ ਤਰੀਕੇ ਦੇ ਹਾਲਾਤ ਬਣਦੇ ਨੇ ਕਿ ਪੁਲਿਸ ਨੂੰ ਗੋਲੀ ਚਲਾਉਣੀ ਪੈਂਦੀ ਹੈ। ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਦੋਵਾਂ ਜਿਹੜੇ ਬਦਮਾਸ਼ ਨੇ ਉਹਨਾਂ ਨੂੰ, ਕਿਉਂਕਿ ਉਹ ਆਪਣੀ ਵੱਲੋਂ ਭੱਜਣ ਦੀ ਕੋਸ਼ਿਸ਼ ਜਿਹੜੀ ਹੈ ਉਹ ਵੀ ਇਸ ਤਰੀਕੇ ਦੇ ਨਾਲ ਕਰ ਸਕਦੇ ਸੀ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਦੋਵਾਂ ਦੇ ਜੋ ਹੈ, ਹਾਲਾਂਕਿ ਇਹ ਨਹੀਂ ਸਪਸ਼ਟ ਕੀਤਾ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਗੋਲੀ ਮਾਰੀ ਗਈ ਹੈ, ਸਰੀਰ ਦੇ ਕਿਸ ਹਿੱਸੇ ਦੇ ਵਿੱਚ ਗੋਲੀਆਂ ਲੱਗੀਆਂ ਨੇ ਉਹਨਾਂ ਦੇ, ਪਰ ਉਹਨਾਂ ਨੂੰ ਹੁਣ ਹਸਪਤਾਲ ਜੋ ਹੈ ਭਰਤੀ ਕਰਵਾ ਦਿੱਤਾ ਗਿਆ। ਤਾਂ ਅਧਿਕਾਰੀ ਮੌਕੇ 'ਤੇ ਮੌਜੂਦ ਨੇ ਔਰ ਟੀਮ ਤੁਸੀਂ ਦੇਖੋ ਕਿ ਫੋਰੈਂਸਿਕ ਟੀਮ ਜਿਹੜੀ ਹੈ ਉਹ ਹੁਣ ਇੱਥੇ ਪਹੁੰਚ ਕੇ ਆਪਣੀ ਜਿਹੜੀ ਕਾਰਵਾਈ ਹੈ ਉਹ ਕਰ ਰਹੀ। ਹਾਂ ਬਿਲਕੁਲ ਰਾਜੀਵ, ਅਸੀਂ ਲਗਾਤਾਰ ਤਸਵੀਰਾਂ ਵੀ ਤੁਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹੋ। ਅੰਮ੍ਰਿਤਸਰ ਜੇਠੂਵਾਲ ਦੀਆਂ ਦਰਅਸਲ ਤਸਵੀਰਾਂ ਨੇ, ਇਹ ਵੀ ਵਿਸਤਾਰ ਦੇ ਨਾਲ ਜਾਣਨਾ ਚਾਹਾਂਗੇ ਜਿੱਥੇ ਦੀਆਂ ਇਹ ਜੇਠੂਵਾਲ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਇਸ ਜਗ੍ਹਾ ਤੋਂ NRI ਸੁਖਚੈਨ ਸਿੰਘ ਦਾ ਘਰ ਕਿੰਨੀ ਕੁ ਦੂਰ ਹੈ, ਜਿਸ ਘਰ ਦੇ ਵਿੱਚ 2 ਹਮਲਾਵਰ ਦਾਖਲ ਹੁੰਦੇ ਨੇ, ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਦੇਖੋ ਪਰਮਿੰਦਰ, ਜੇਕਰ ਅਸੀਂ ਇਸ ਥਾਂ ਦੀ ਔਰ ਸੁਖਚੈਨ ਸਿੰਘ ਦੇ ਘਰ ਦੇ ਫਾਸਲੇ ਦੀ ਗੱਲ ਕਰਦੇ ਹਾਂ ਤਾਂ ਲਗਭਗ 8 ਤੋਂ 10 ਕਿਲੋਮੀਟਰ ਦਾ ਇਹ ਫਾਸਲਾ ਬਣਦਾ ਹੈ। ਪਰ ਜੇਕਰ ਅਸੀਂ, ਕਿਉਂਕਿ ਨਹਿਰਾਂ ਦੇ ਨਾਲ ਜਿਹੜੇ ਰਸਤੇ ਜਾਂਦੇ ਨੇ ਉਹ ਅਸੀਂ ਇੱਕ ਸ਼ਾਰਟਕੱਟ ਦੇ ਤੌਰ 'ਤੇ ਵੀ ਦੇਖਦੇ ਹਾਂ ਤਾਂ ਜਿੱਥੇ ਸੁਖਚੈਨ ਸਿੰਘ ਦਾ ਘਰ ਹੈ ਦਬੁਰਜੀ, ਉਸ ਤੋਂ ਕੁਝ ਦੂਰੀ ਦੇ ਉੱਤੇ ਤਾਰਾਂ ਵਾਲਾ ਪੁਲ ਹੈ ਔਰ ਉੱਥੋਂ ਇਹ ਜਿਹੜੀ ਨਹਿਰ ਹੈ ਉਹਦੇ ਨਾਲ ਨਾਲ ਰਸਤਾ ਇਸ ਪਾਸੇ ਆਉਂਦਾ, ਤਾਂ ਹੋ ਸਕਦਾ ਕਿ ਉਸ ਕਰਕੇ ਉਹਨਾਂ ਨੇ ਇਹ ਰਸਤਾ ਜਿਹੜਾ ਇਖਤਿਆਰ ਕੀਤਾ ਹੋਵੇ, ਰਸਤਾ ਉਸ ਵੇਲੇ ਇਸਤੇਮਾਲ ਕੀਤਾ ਹੋਵੇ। ਪਰ ਅੱਜ ਜੇਕਰ ਅੱਜ ਦੀ ਗੱਲ ਕਰੀਏ ਤਾਂ ਦੁਪਹਿਰ ਵੇਲੇ ਜਿਹੜੀ ਜਾਣਕਾਰੀ ਨਿਕਲ ਕੇ ਆਈ ਸੀ ਕਿ 3 ਜਿਹੜੇ ਲੋਕ ਨੇ, 3 ਮੁਲਜ਼ਮ ਜਿਹੜੇ ਨੇ, ਉਹਨਾਂ ਨੂੰ ਹੁਸ਼ਿਆਰਪੁਰ ਤੋਂ ਹਿਰਾਸਤ ਦੇ ਵਿੱਚ ਲਿਆ, ਜਿਸ ਦੇ ਵਿੱਚ 2 ਮੁਲਜ਼ਮ ਉਹ ਨੇ ਜਿਨ੍ਹਾਂ ਨੇ ਉਸ ਦਿਨ ਸੁਖਚੈਨ ਸਿੰਘ ਦੇ ਘਰ ਦੇ ਅੰਦਰ ਵੜ ਕੇ ਜਿਹੜਾ ਗੋਲੀ ਚਲਾਈ ਸੀ। ਸੁਖਚੈਨ ਸਿੰਘ ਨੂੰ ਜ਼ਖਮੀ ਕੀਤਾ ਗਿਆ, ਹਾਲਾਂਕਿ ਉਹਨਾਂ ਦੀ ਮੰਸ਼ਾ ਸੁਖਚੈਨ ਸਿੰਘ ਦਾ ਕਤਲ ਕਰਨਾ ਸੀ, ਪਰ ਖੁਸ਼ਕਿਸਮਤੀ ਰਹੀ ਕਿ ਉਹ ਉਸਦੀ ਜਿਹੜੀ ਜਾਨ ਹੈ ਉਹ ਗਈ ਨਹੀਂ ਗਈ ਔਰ ਇਸ ਵੇਲੇ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਅੱਜ ਦੀ ਜਿਹੜੀ ਕਾਰਵਾਈ ਹੈ ਉਸ ਦੇ ਪਿੱਛੇ ਵਜ੍ਹਾ ਇਹ ਹੈ ਕਿ ਅੱਜ ਹੁਸ਼ਿਆਰਪੁਰ ਤੋਂ ਜਦੋਂ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ, ਉਸ ਤੋਂ ਬਾਅਦ ਜਿਹੜੇ 2 ਵੈਪਨ ਇਸਤੇਮਾਲ ਕੀਤੇ ਗਏ ਸੀ, ਜਿਹੜੇ ਦੇਸੀ ਕੱਟੇ ਇਸਤੇਮਾਲ ਕੀਤੇ ਗਏ ਜੀ ਉਸ ਦਿਨ ਗੋਲੀ ਚਲਾਉਣ ਦੇ ਲਈ, ਤਾਂ ਉਹਨਾਂ ਨੂੰ ਰਿਕਵਰ ਪੁਲਿਸ ਨੇ ਕਰਨਾ ਸੀ ਔਰ ਪੁਲਿਸ ਦੀ ਜਿਹੜੀ ਟੀਮ ਹੈ ਉਹ ਲੈ ਕੇ ਉਹਨਾਂ ਨੂੰ ਇੱਥੇ ਅੰਮ੍ਰਿਤਸਰ ਦਾ ਪਿੰਡ ਜੇਠੂਵਾਲ ਹੈ ਜਿਸ ਦੇ ਨੇੜੇ ਇੱਕ ਜਿਹੜੀ ਨਹਿਰ ਹੈ ਔਰ ਨਹਿਰ ਦੇ ਕੰਢੇ ਇਸ ਥਾਂ 'ਤੇ ਮੈਂ ਦੱਸਦਿਆਂ ਕਿ ਬਿਲਕੁਲ ਜਿੱਥੇ ਤੁਸੀਂ ਦੇਖੋ ਕਿ ਪੁਲਿਸ ਦੇ ਅਧਿਕਾਰੀ ਇਸ ਵੇਲੇ ਖੜ੍ਹੇ ਨਜ਼ਰ ਆ ਰਹੇ ਨੇ, ਉਸ ਤੋਂ ਕੁਝ ਦੂਰੀ ਜਿਹੜਾ ਪਹਿਲਾਂ ਉਸ ਥਾਂ 'ਤੇ ਉਹਨਾਂ ਨੇ ਜਿਹੜੀ ਪੁਲਿਸ ਨੂੰ ਦੱਸਿਆ ਕਿ ਇਸ ਥਾਂ ਦੇ ਉੱਤੇ ਅਸੀਂ ਆਪਣੇ ਜਿਹੜੇ ਵੈਪਨ ਨੇ ਉਹ ਲੁਕਾਏ ਹੋਏ ਨੇ, ਤਾਂ ਜਿੱਦਾਂ ਹੀ ਉਹ ਵੈਪਨ ਉੱਥੋਂ ਕੱਢਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਤੁਰੰਤ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਸ ਦੇ ਵਿੱਚ ਜਿਹੜੀ ਪੁਲਿਸ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਉਸ ਦੇ ਵਿੱਚ ਇਹ ਦੋਵੇਂ ਜਿਹੜੇ ਬਦਮਾਸ਼ ਨੇ ਉਹ ਜ਼ਖਮੀ ਹੁੰਦੇ ਨੇ, ਤਾਂ ਹੁਣ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਜਾਰੀ ਹੈ। ਰਾਜੀਵ, ਫਿਲਹਾਲ ਦੀ ਕੀ ਕੁਝ ਜਾਣਕਾਰੀ ਹੈ? ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ 2 ਮੁਲਜ਼ਮਾਂ ਨੂੰ ਲੈ ਕੇ ਦਰਸ ਇੱਥੇ ਪੁਲਿਸ ਪਹੁੰਚੀ ਸੀ, ਹਾਲਾਂਕਿ ਹੁਸ਼ਿਆਰਪੁਰ ਤੋਂ ਜਿਹੜੇ ਕਿ 3 ਮੁਲਜ਼ਮ ਜੋ ਕਿ ਗ੍ਰਿਫਤਾਰ ਕੀਤੇ ਗਏ ਸਨ, ਤਾਂ ਇਹ ਕਿਵੇਂ ਪੂਰਾ ਵਾਕਿਆ ਹੁੰਦਾ ਹੈ? ਦੋਵੇਂ ਮੁਲਜ਼ਮ ਜ਼ਖਮੀ ਹੋਏ ਨੇ ਕਿ ਫਿਲਹਾਲ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ? ਵਿਸਥਾਰ ਦੇ ਨਾਲ ਪੂਰਾ ਘਟਨਾਕ੍ਰਮ ਸਮਝਣਾ ਚਾਹਾਂਗੇ ਜੋ ਇੱਥੇ ਹੋਇਆ, ਜੇਠੂਵਾਲ ਦੇ ਵਿੱਚ ਹੋਇਆ। ਬਿਲਕੁਲ ਪਰਮਿੰਦਰ, ਜਿਹੜੀ ਗ੍ਰਿਫਤਾਰ ਜਿਹੜੇ ਲੋਕ ਕੀਤੇ ਗਏ ਨੇ ਉਹਨਾਂ ਦੀ ਗਿਣਤੀ 3 ਹੈ, ਪਰ 2 ਮੁੱਖ ਮੁਲਜ਼ਮ ਉਹ ਜਿਹੜੇ ਕਿ CCTV ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਸੀ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਕਿਉਂਕਿ ਉਹਨਾਂ ਦੇ ਕੋਲ ਵੈਪਨ ਸੀ, ਤੀਜਾ ਸਾਥੀ ਜੋ ਹੈ ਉਹਨਾਂ ਦੇ ਨਾਲ ਮੌਜੂਦ ਜ਼ਰੂਰ ਸੀ, ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਲਗਾਤਾਰ ਜਿਹੜੀ ਹੈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਕੱਲ੍ਹ ਹੀ ਪੁਲਿਸ ਕਮਿਸ਼ਨਰ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ, ਤਾਂ ਅੱਜ ਦੁਪਹਿਰ ਵੇਲੇ ਉਹਨਾਂ ਨੂੰ ਜੋ ਹੈ ਹੁਸ਼ਿਆਰਪੁਰ ਦੀ ਇੱਕ ਧਰਮਸ਼ਾਲਾ ਤੋਂ ਗ੍ਰਿਫਤਾਰ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਪੁਲਿਸ ਤੁਰੰਤ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਇਹ ਇੱਕ ਜੋ ਹੈ ਪੁਲਿਸ ਦੀ ਜਿਹੜੀ ਕਾਰਵਾਈ ਦਾ ਹਿੱਸਾ ਹੈ ਕਿ ਜਿਹੜੇ ਹਥਿਆਰ ਇਸਤੇਮਾਲ ਕੀਤੇ ਗਏ ਸੀ ਉਹ ਵੀ ਰਿਕਵਰ ਕਰਨੇ ਜ਼ਰੂਰੀ ਸੀ, ਤਾਂ ਜਦੋਂ ਉਹਨਾਂ ਨੂੰ ਪੁਲਿਸ ਨੂੰ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅੰਮ੍ਰਿਤਸਰ ਦੇ ਹੀ ਇੱਕ ਹਿੱਸੇ ਦੇ ਵਿੱਚ ਉਹਨਾਂ ਵੱਲੋਂ ਵੈਪਨ ਜਿਹੜੇ ਨੇ ਉਹ ਲੁਕੋ ਕੇ ਰੱਖੇ ਗਏ ਨੇ, ਤਾਂ ਫਿਰ ਪੁਲਿਸ ਉਹਨਾਂ ਦੋਵਾਂ ਨੂੰ ਲੈ ਕੇ ਇੱਥੇ ਪਹੁੰਚਦੀ ਹੈ। ਤਾਂ ਹੁਣ ਤੁਸੀਂ ਦੇਖੋ ਕਿ ਪੁਲਿਸ ਦੀ ਜਿੱਥੇ ਉਹ ਟੀਮ ਜਿਨ੍ਹਾਂ ਨੇ ਉਸ ਜਿਹੜੇ ਦੋਵੇਂ ਬਦਮਾਸ਼ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਤਾਂ ਉਸ ਤੋਂ ਇਲਾਵਾ ਉਸ ਦੋਵਾਂ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਲੈ ਕੇ ਇੱਥੇ ਪਹੁੰਚਦੀ, ਤਾਂ ਸਾਹਮਣੇ ਤੁਸੀਂ ਦੇਖੋ ਕਿ ਇਸ ਥਾਂ ਦੇ ਉੱਤੇ ਜਿਹੜਾ ਰੁੱਖ ਹੈ ਉਸ ਦੇ ਉੱਪਰ ਵੀ ਇੱਕ ਜਿਹੜਾ ਗੋਲੀ ਦਾ ਨਿਸ਼ਾਨ ਹੈ, ਤਾਂ ਇਹ ਜਦੋਂ ਪੁਲਿਸ ਵੱਲੋਂ ਫਾਇਰਿੰਗ ਅੱਜ ਕੀਤੀ ਗਈ ਤਾਂ ਉਹ ਜਿਹੜੇ ਖੋਲ ਨੇ ਜਾਂ ਨਿਸ਼ਾਨ ਨੇ ਔਰ ਇਸ ਕਾਰਵਾਈ ਦੇ ਵਿੱਚ ਦੋਵੇਂ ਜਿਹੜੇ ਮੁਲਜ਼ਮ ਨੇ ਉਹ
ਜੋ ਹੈ ਅਸੀਂ ਕਹਿ ਸਕਦੇ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਪਰ ਕਿਉਂਕਿ ਪੁਲਿਸ ਜੇਕਰ ਇਹ ਕਾਰਵਾਈ ਨਾ ਕਰਦੀ ਤਾਂ ਪੁਲਿਸ ਦੇ ਕਿਸੇ ਜਵਾਨ ਦਾ ਜਾਂ ਅਧਿਕਾਰੀ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ। ਜੋ ਪੁਲਿਸ ਕਮਿਸ਼ਨਰ ਦੀ ਦਿੱਤੀ ਗਈ ਜਾਣਕਾਰੀ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ ਜਦੋਂ ਇੱਥੇ ਉਹਨਾਂ ਨੂੰ ਲੈ ਕੇ ਪਹੁੰਚਦੇ ਨੇ, ਜਦੋਂ ਦੋਵੇਂ ਜਿਹੜੇ ਪਿਸਟਲ ਨੇ ਉਹ ਰਿਕਵਰ ਕਰਨ ਦੇ ਲਈ ਉਹ ਇੱਥੇ ਪੁਲਿਸ ਦੀ ਟੀਮ ਆਉਂਦੀ ਹੈ, ਤਾਂ ਜਿਸ ਥਾਂ ਦੇ ਉੱਤੇ ਦੋਵੇਂ ਪਿਸਟਲ ਰੱਖੇ ਗਏ ਸੀ ਤਾਂ ਉਹ ਜਿੱਦਾਂ ਹੀ ਪਿਸਟਲ ਉਹਨਾਂ ਦੇ ਹੱਥ ਦੇ ਵਿੱਚ ਆਉਂਦੇ ਨੇ ਤਾਂ ਉਹ ਜੋ ਹੈ ਉਹ ਪੁਲਿਸ ਦੀ ਟੀਮ ਦੇ ਉੱਤੇ ਫਾਇਰ ਕਰਕੇ ਲਾਜ਼ਮੀ ਤੌਰ 'ਤੇ ਉਹਨਾਂ ਵੱਲੋਂ ਭੱਜਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੋਏਗੀ। ਪਰ ਕਿਉਂਕਿ ਪੁਲਿਸ ਦੀ ਜਿਹੜੀ ਉਹ ਟੀਮ ਜਿਹੜੀ ਕਿ ਪਰਸੋਂ ਤੋਂ ਲਗਾਤਾਰ ਉਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਸੀ ਅੰਮ੍ਰਿਤਸਰ, ਚਾਹੇ ਉਹ CIA ਦੀ ਗੱਲ ਕਰੀਏ ਜਾਂ ਹੋਰ ਜਿਹੜੇ ਅਧਿਕਾਰੀ ਨੇ, ਉਹ ਲਗਾਤਾਰ ਵੱਖ ਵੱਖ ਢੰਗ ਦੇ ਨਾਲ, ਚਾਹੇ ਅਸੀਂ ਗੱਲ ਕਰੀਏ ਕਿ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਵੀ ਲਗਾਤਾਰ ਜਾਰੀ ਸੀ ਔਰ ਉਹਨਾਂ ਨੂੰ ਲਗਾਤਾਰ ਟਰੈਕ ਕੀਤਾ ਜਾ ਰਿਹਾ ਸੀ। ਤਾਂ ਹੁਣ ਇੱਥੇ ਤੁਸੀਂ ਦੇਖੋ ਕਿ ਬਕਾਇਦਾ ਤੌਰ 'ਤੇ ਫੋਰੈਂਸਿਕ ਟੀਮ ਜਿਹੜੀ ਹੈ ਉਹ ਪਹੁੰਚ ਕੇ ਜਾਂਚ ਦੇ ਵਿੱਚ ਲੱਗ ਚੁੱਕੀ ਹੈ, ਕਿਉਂਕਿ ਕੁਝ ਦੇਰ ਪਹਿਲਾਂ ਦਾ ਹੀ ਇਹ ਪੂਰਾ ਜਿਹੜਾ ਵਾਕਿਆ ਹੈ। ਔਰ ਜਿੱਦਾਂ ਹੀ ਜਾਣਕਾਰੀ ਜੋ ਹੈ ਸਾਡੇ ਤੱਕ ਵੀ ਪਹੁੰਚੀ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਉੱਥੇ ਪਹੁੰਚ ਕੇ ਇਹ ਦੇਖਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਪੂਰੀ ਜਿਹੜੀ ਕਾਰਵਾਈ ਹੈ ਉਸ ਨੂੰ ਪੁਲਿਸ ਵੱਲੋਂ ਅੰਜਾਮ ਦਿੱਤਾ ਗਿਆ। ਤਾਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਕੁਝ ਦੇਰ ਪਹਿਲਾਂ ਇੱਥੇ ਪਹੁੰਚੇ ਸੀ, ਉਹਨਾਂ ਵੱਲੋਂ ਇਹਨਾਂ ਤਮਾਮ ਜਿਹੜੇ ਅਧਿਕਾਰੀ ਇੱਥੇ ਮੌਜੂਦ ਨੇ, ਜਿਹੜੀ ਪੁਲਿਸ ਦੀ ਟੀਮ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਔਰ ਉਸ ਤੋਂ ਬਾਅਦ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਇਹ ਸਾਰਾ ਕੁਝ ਵਾਪਰਿਆ ਤਾਂ ਇਸ ਕਰਕੇ ਹੁਣ ਇਹਦੀ ਜਿਹੜੀ ਜਾਂਚ ਹੈ, ਕਿਉਂਕਿ ਰਾਤ ਦਾ ਇਸ ਵੇਲੇ ਵੇਲਾ ਹੋਣ ਜਾ ਰਿਹਾ, ਲਗਭਗ 7 ਵਜੇ ਦਾ ਸਮਾਂ ਹੈ, ਤਾਂ ਉਸ ਤੋਂ ਪਹਿਲਾਂ ਪੁਲਿਸ ਦੀ ਕੋਸ਼ਿਸ਼ ਹੈ ਕਿ ਇਹ ਵੀ ਕਾਰਵਾਈ ਜਿਹੜੀ ਹੈ ਉਹ ਮੁਕੰਮਲ ਕਰ ਲਈ ਜਾਏ। ਤਾਂ ਇੱਕ ਵਾਰੀ ਮੈਂ ਫਿਰ ਤੋਂ ਦਿਖਾ ਦਿਆਂ ਕਿ ਇਹ ਰਸਤਾ ਜਿਹੜਾ ਉਹ ਸ਼ਹਿਰ ਵਾਲੇ ਪਾਸਿਓਂ ਜੇਠੂਵਾਲ ਨੂੰ ਜਾ ਰਿਹਾ। ਤਾਂ ਜੇਠੂਵਾਲ ਨੂੰ ਜਾਂਦਿਆਂ ਰਸਤੇ ਦੇ ਵਿੱਚ ਜਿੱਥੇ ਨਹਿਰ ਹੈ, ਤਾਂ ਨਹਿਰ ਦੇ ਬਿਲਕੁਲ ਕੰਢੇ ਦੇ ਉੱਤੇ ਇਹ ਜਿਹੜੀ ਅੱਜ ਦੀ ਕਾਰਵਾਈ ਪੁਲਿਸ ਦੀ ਜੋ ਹੋਈ ਹੈ, ਔਰ ਇੱਥੇ ਆਉਣ ਦਾ ਮਕਸਦ ਇੱਕੋ ਇੱਕ ਸੀ ਪੁਲਿਸ ਦੀਆਂ ਟੀਮਾਂ ਦਾ, ਕਿਉਂਕਿ ਉਹਨਾਂ ਮੁਲਜ਼ਮਾਂ ਦੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਕਿ ਜਿਹੜੇ ਵੈਪਨ ਉਸ ਦਿਨ ਇਸਤੇਮਾਲ ਕੀਤੇ ਗਏ ਨੇ ਉਹ ਉਹਨਾਂ ਵੱਲੋਂ ਜੋ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਥਾਂ ਦੇ ਉੱਤੇ ਲੁਕੋ ਕੇ ਰੱਖ ਦਿੱਤੇ ਗਏ ਨੇ। ਤਾਂ ਉੱਥੇ ਤੁਸੀਂ ਦੇਖੋ ਕਿ ਇਸ ਵੇਲੇ ਪੁਲਿਸ ਦੀ ਟੀਮ ਜਿਹੜੀ ਹੈ ਉਸ ਥਾਂ ਦਾ ਵੀ ਜੋ ਮੁਆਇਨਾ ਕਰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਥਾਂ ਤੋਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਇਸ ਥਾਂ 'ਤੇ ਉਹ ਜਿਹੜੇ ਦੇਸੀ ਕੱਟੇ ਨੇ ਉਹ ਰੱਖੇ ਗਏ ਨੇ ਔਰ ਉੱਥੋਂ ਹੀ ਦੇਸੀ ਕੱਟੇ ਜਿਹੜੇ ਨੇ ਉਹਨਾਂ ਵੱਲੋਂ ਕੱਢੇ ਜਾਂਦੇ ਨੇ। ਔਰ ਬਾਕੀ ਜੋ ਪੁਲਿਸ ਦੇ ਮੁਤਾਬਕ ਇਹੀ ਹੈ ਕਿ ਉਹਨਾਂ ਵੱਲੋਂ ਪੁਲਿਸ ਦੀ ਟੀਮ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੇ ਉੱਤੇ ਫਾਇਰ ਕੀਤੇ, ਜਿਸ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ ਨੇ ਉਹ ਇਸ ਵੇਲੇ ਜ਼ਖਮੀ ਨੇ ਔਰ ਉਹਨਾਂ ਨੂੰ ਹੁਣ ਹਸਪਤਾਲ ਜੋ ਹੈ ਉਹ ਭੇਜ ਦਿੱਤਾ ਗਿਆ। ਜੀ ਪਰਮਿੰਦਰ, ਰਾਜੀਵ ਲਗਾਤਾਰ ਬਣੇ ਰਹੋ, ਤਸਵੀਰਾਂ ਵਿਖਾਉਂਦੇ ਰਹੋ, ਵੱਡੀ ਜਾਣਕਾਰੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਵਿਸਥਾਰ ਦੇ ਨਾਲ ਪੂਰੀ ਖਬਰ ਬਾਰੇ ਸਮਝਾਉਣਾ ਚਾਹਾਂਗੇ ਦਰਸ਼ਕਾਂ ਨੂੰ। ਦਰਅਸਲ ਜਿਹੜੇ ਮੁਲਜ਼ਮ ਹੁਸ਼ਿਆਰਪੁਰ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਂਦੇ ਨੇ, ਉਹਨਾਂ ਮੁਲਜ਼ਮਾਂ ਨੂੰ ਮੌਕਾ ਵਾਰਦਾਤ 'ਤੇ ਲੈ ਕੇ ਪੁਲਿਸ ਪਹੁੰਚਦੀ ਹੈ ਹਥਿਆਰਾਂ ਦੀ ਰਿਕਵਰੀ ਵਾਸਤੇ, ਤਾਂ ਇਸੇ ਦੌਰਾਨ ਬਦਮਾਸ਼ਾਂ ਦੇ ਵੱਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਅਤੇ ਜਵਾਬੀ ਫਾਇਰਿੰਗ ਦੇ ਵਿੱਚ ਦੋਵੇਂ ਬਦਮਾਸ਼ ਜ਼ਖਮੀ ਹੋਏ ਨੇ। ਮੌਕੇ 'ਤੇ ਮੌਕਾ ਵਾਰਦਾਤ 'ਤੇ ਸਾਡੇ ਸਹਿਯੋਗੀ ਲਗਾਤਾਰ ਰਾਜੀਵ ਸ਼ਰਮਾ ਬੜੇ ਹੋਏ ਨੇ, ਲਗਾਤਾਰ ਜਾਣਕਾਰੀ ਪਹੁੰਚਾ ਰਹੇ ਨੇ। ਰਾਜੀਵ, ਜਦੋਂ ਇਹ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਪਾਰਟੀ 'ਤੇ, ਹਾਲਾਂਕਿ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਵੀ ਕੀਤੀ ਗਈ, ਕੀ ਕੋਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਇਸ ਦੌਰਾਨ? ਦੇਖੋ, ਜੋ ਹੁਣ ਤੱਕ ਪੁਲਿਸ ਕਮਿਸ਼ਨਰ ਵੱਲੋਂ ਜਾਣਕਾਰੀ ਮਿਲੀ ਹੈ ਤਾਂ ਉਹਨਾਂ ਦੇ ਮੁਤਾਬਕ ਹਾਲੇ ਉਹਨਾਂ ਦਾ ਕਹਿਣਾ ਕਿ ਅਸੀਂ ਜਾਂਚ ਵੀ ਕਰ ਰਹੇ ਹਾਂ, ਪਰ ਇਹ ਜ਼ਰੂਰ ਮੈਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਕੋਈ ਪੁਲਿਸ ਮੁਲਾਜ਼ਮ ਇਸ ਦੇ ਵਿੱਚ ਜ਼ਖਮੀ ਹੋਇਆ ਹੈ ਜਾਂ ਨਹੀਂ। ਪਰ ਉਹਨਾਂ ਦਾ ਕਹਿਣਾ ਕਿ ਉਹ ਦੋਵੇਂ ਜਿਹੜੇ ਬਦਮਾਸ਼ ਨੇ ਉਹਨਾਂ ਦੇ ਜਦੋਂ ਗੋਲੀਆਂ ਲੱਗਦੀਆਂ ਨੇ ਤਾਂ ਉਹ ਜ਼ਰੂਰ ਜ਼ਖਮੀ ਹੋਏ ਨੇ, ਪਰ ਕਿਸੇ ਪੁਲਿਸ ਮੁਲਾਜ਼ਮ ਦੀ ਹਾਲੇ ਤੱਕ ਜ਼ਖਮੀ ਹੋਣ ਦੀ ਖਬਰ ਜਿਹੜੀ ਹੈ ਉਹ ਨਹੀਂ ਹੈ। ਪਰ
ਕਿਉਂਕਿ ਇਹ ਦੋਵੇਂ ਜਿਹੜੇ ਬਦਮਾਸ਼ ਨੇ ਉਹਨਾਂ ਦੀ ਪਿਛਲੇ 3 ਦਿਨਾਂ ਤੋਂ ਲਗਾਤਾਰ ਜਿਹੜੀ ਭਾਲ ਹੈ ਉਹ ਕੀਤੀ ਜਾ ਰਹੀ ਸੀ ਔਰ ਅੱਜ ਦੁਪਹਿਰ ਵੇਲੇ ਜਦੋਂ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਔਰ ਉਹਨਾਂ ਦਾ ਜਿਹੜਾ ਤੀਸਰਾ ਸਾਥੀ ਸੀ ਜਿਹੜਾ ਕਿ ਉਸ ਦਿਨ CCTV ਦੇ ਵਿੱਚ ਵੀ ਨਜ਼ਰ ਆਇਆ ਸੀ ਤਾਂ ਉਸ ਨੂੰ ਵੀ ਪੁਲਿਸ ਨੇ ਅੱਜ ਕਾਬੂ ਕਰ ਲਿਆ ਔਰ ਅੱਜ ਉਸ ਤੋਂ ਬਾਅਦ ਦੋਵਾਂ ਨੂੰ ਜਿਹੜੇ ਵੈਪਨ ਨੇ ਉਹ ਰਿਕਵਰ ਕਰਨ ਦੇ ਲਈ ਇਸ ਥਾਂ 'ਤੇ ਲੈ ਕੇ ਪੁਲਿਸ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਜਿਹੜਾ ਹੈ ਉਹ ਵਾਪਰਦਾ ਹੈ। ਤਾਂ ਪੁਲਿਸ ਦੇ ਮੁਤਾਬਕ ਜੋ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਉਹ ਤਾਂ ਇਹੀ ਹੈ ਕਿ ਜਿੱਦਾਂ ਹੀ ਜਿਹੜੇ ਮਿੱਟੀ ਦੇ ਹੇਠਾਂ ਵੈਪਨ ਜਿਸ ਥਾਂ 'ਤੇ ਉਹਨਾਂ ਵੱਲੋਂ ਦੱਬੇ ਗਏ ਸੀ ਤਾਂ ਜਿੱਦਾਂ ਹੀ ਉਹ ਵੈਪਨ ਬਾਹਰ ਕੱਢਦੇ ਨੇ ਤਾਂ ਫਿਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਾਇਦ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜ ਜਾਇਆ ਜਾਵੇ, ਪਰ ਕਿਉਂਕਿ ਪੁਲਿਸ ਜਦੋਂ ਇਹਨਾਂ ਇਸ ਤਰੀਕੇ ਦੇ ਜਿਹੜੇ ਕ੍ਰਿਮੀਨਲ ਲੋਕ ਹੁੰਦੇ ਨੇ ਜਦੋਂ ਇਹਨਾਂ ਨੂੰ ਕਿਤੇ ਵੀ ਲੈ ਕੇ ਪਹੁੰਚਦੀ ਹੈ ਤਾਂ ਪੂਰਾ ਇੱਕ ਤਿਆਰੀ ਦੇ ਨਾਲ ਜਾਂਦੀ ਹੈ, ਘੇਰਾਬੰਦੀ ਜਿਹੜੀ ਆ ਉਹ ਕੀਤੀ ਹੁੰਦੀ ਹੈ ਤਾਂ ਉਹਨਾਂ ਵੱਲੋਂ ਠੀਕ ਹੈ ਰਾਜੀਵ ਲਗਾਤਾਰ ਬਣੇ ਰਹੋ, ਤਸਵੀਰਾਂ ਸਾਨੂੰ ਵਿਖਾਉਂਦੇ ਰਹੋ। ਫਿਲਹਾਲ ਦਾ ਜੋ ਪੂਰਾ ਘਟਨਾਕ੍ਰਮ ਹੋਇਆ ਇਸ ਨੂੰ ਲੈ ਕੇ ਪੁਲਿਸ ਦਾ ਕੀ ਕੁਝ ਪੱਖ ਸਾਹਮਣੇ ਆਇਆ ਤੁਹਾਨੂੰ ਵੀ ਸੁਣਾਉਂਦੇ ਹਾਂ। ਦੋ ਵਿਅਕਤੀ ਜਿਹੜਾ ਸੁਖਵਿੰਦਰ ਸੁੱਖਾ ਜਿਹੜਾ ਗ੍ਰਨੇਡ ਸੀਗਾ ਤੇ ਇੱਕ ਗੁਰਕੀਰਤ ਗੋਪੀ ਸੀਗਾ, ਦੋਨੇ ਜ਼ਖਮੀ ਹੋਏ ਨੇ। ਦੋਨਾਂ ਨੇ ਵੈਪਨ ਲਗਵਾਏ ਸੀ, ਦੋਨਾਂ ਨੂੰ ਇੱਥੇ ਲੈ ਕੇ ਆਏ ਸੀ। ਹਾਂ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਵੈਪਨ ਚੱਕ ਕੇ ਸਾਡੇ 'ਤੇ ਅਟੈਕ ਕਰਨ, ਉਹ ਤੋਂ ਪਹਿਲਾਂ ਕਿ ਅਟੈਕ ਕਰਦੇ ਸਾਡੇ ਜਵਾਨਾਂ ਨੇ ਉਹਨਾਂ ਨੂੰ ਕਾਬੂ ਕੀਤਾ। ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ, ਅਸੀਂ FSL ਟੀਮ ਮੰਗਾਈ ਹੈ, ਸਾਰਾ ਦੇਖਾਂਗੇ। ਦੋ ਵਿਅਕਤੀ ਜਿਹੜਾ ਸੁਖਵਿੰਦਰ ਸੁੱਖਾ ਜਿਹੜਾ ਗ੍ਰਨੇਡ ਸੀਗਾ ਤੇ ਇੱਕ ਗੁਰਕੀਰਤ ਗੋਪੀ ਸੀਗਾ, ਦੋਨੇ ਜ਼ਖਮੀ ਹੋਏ ਨੇ। ਦੋਨਾਂ ਨੇ ਵੈਪਨ ਲਗਵਾਏ ਸੀ, ਦੋਨਾਂ ਨੂੰ ਇੱਥੇ ਲੈ ਕੇ ਆਏ ਸੀ। ਹਾਂ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਵੈਪਨ ਚੱਕ ਕੇ ਸਾਡੇ 'ਤੇ ਅਟੈਕ ਕਰਨ, ਉਹ ਤੋਂ ਪਹਿਲਾਂ ਕਿ ਅਟੈਕ ਕਰਦੇ ਸਾਡੇ ਜਵਾਨਾਂ ਨੇ ਉਹਨਾਂ ਨੂੰ ਕਾਬੂ ਕੀਤਾ। ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ, ਅਸੀਂ FSL ਟੀਮ ਮੰਗਾਈ ਹੈ, ਸਾਰਾ ਦੇਖਾਂਗੇ। ਤਾਂ ਪੁਲਿਸ ਕਮਿਸ਼ਨਰ ਦੇ ਵੱਲੋਂ ਜੋ ਕਿ ਜਾਣਕਾਰੀ ਦਿੱਤੀ ਗਈ ਹੈ ਸਾਫ਼ ਕੀਤਾ ਗਿਆ, ਦਰਅਸਲ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਪੁਲਿਸ ਪਾਰਟੀ ਦੋ ਮੁਲਜ਼ਮਾਂ ਨੂੰ ਲੈ ਕੇ ਮੌਕੇ 'ਤੇ ਪਹੁੰਚਦੀ ਹੈ ਅਤੇ ਇਸੇ ਦੌਰਾਨ ਜਿਹੜੇ ਹਥਿਆਰ ਰਿਕਵਰ ਕੀਤੇ ਗਏ ਉਹਨਾਂ ਹਥਿਆਰਾਂ ਦੇ ਨਾਲ ਕਿਤੇ ਨਾ ਕਿਤੇ ਪੁਲਿਸ ਪਾਰਟੀ 'ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਹੀ ਹਾਲਾਂਕਿ ਪੁਲਿਸ ਦੇ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ, ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ, ਦੋ ਬਦਮਾਸ਼ ਜੋ ਕਿ ਜ਼ਖਮੀ ਹੋਏ ਨੇ। ਰਾਜੀਵ, ਜੋ ਕਿ ਪੁਲਿਸ ਕਮਿਸ਼ਨ ਦਾ ਵੀ ਅਸੀਂ ਬਿਆਨ ਸੁਣਿਆ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਦਮਾਸ਼ਾਂ ਦੇ ਵੱਲੋਂ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਉਹਨਾਂ ਨੂੰ ਦਬੋਸ਼ ਲਿਆ ਜਾਂਦਾ। ਜੀ ਬਿਲਕੁਲ, ਜਿਹੜੇ ਦੋਵੇਂ ਮੁਲਜ਼ਮ ਨੇ ਕਿਉਂਕਿ ਉਹਨਾਂ ਦੇ ਉੱਤੇ ਪਹਿਲਾਂ ਤੋਂ ਹੀ ਮਾਮਲੇ ਵੀ ਦਰਜ ਸੀ। ਇੱਕ ਜਿਹੜਾ ਸੁੱਖਾ ਗ੍ਰਨੇਡ ਜਿਸਨੂੰ ਕਿਹਾ ਜਾਂਦਾ, ਉਸ ਦੇ ਉੱਤੇ ਲਗਭਗ 10 ਕ੍ਰਿਮੀਨਲ ਕੇਸ ਜਿਹੜੇ ਦਰਜ ਨੇ, ਜਿਨ੍ਹਾਂ ਦੇ ਵਿੱਚ ਲੁੱਟਾਂ ਖੋਹਾਂ ਜਾਂ ਹੋਰ ਜਿਹੜੀਆਂ ਕਤਲ ਦੀਆਂ ਵਾਰਦਾਤਾਂ। ਤਾਂ ਜਿਹੜਾ ਦੂਸਰਾ ਸ਼ਖਸ ਹੈ ਉਸ ਦੇ ਉੱਤੇ NDPS ਯਾਨੀ ਕਿ ਨਸ਼ਾ ਤਸਕਰੀ ਦੇ, ਤਾਂ ਇਹ ਵੀ ਜਾਣਕਾਰੀ ਮਿਲੀ ਕਿ ਦੋਵੇਂ ਜਿਹੜੇ ਮੁਲਜ਼ਮ ਨੇ, ਦੋਵੇਂ ਜਿਹੜੇ ਬਦਮਾਸ਼ ਨੇ ਉਹ ਨਸ਼ੇ ਦੇ ਵੀ ਆਦੀ ਨੇ। ਤਾਂ ਇਸ ਕਰਕੇ ਅੱਜ ਪੁਲਿਸ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਥਾਂ 'ਤੇ ਲੈ ਕੇ ਆਉਂਦੀ ਹੈ, ਤਾਂ ਉਹਨਾਂ ਵੱਲੋਂ ਇੱਕ ਜਿਹੜੀ ਨਾਕਾਮ ਕੋਸ਼ਿਸ਼ ਜ਼ਰੂਰ ਕੀਤੀ ਗਈ, ਪਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੂੰ ਜੋ ਹੈ ਉਹ ਉਹਨਾਂ ਦੇ ਉੱਤੇ ਜਦੋਂ ਫਾਇਰ ਖੋਲ੍ਹੇ ਗਏ ਤਾਂ ਉਹ ਦੋਵੇਂ ਜਿਹੜੇ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ। ਔਰ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਕੋਈ ਪੁਲਿਸ ਮੁਲਾਜ਼ਮ ਇਸ ਦੇ ਵਿੱਚ ਜ਼ਖਮੀ ਹੋਇਆ ਜਾਂ ਨਹੀਂ, ਕਿਉਂਕਿ ਇਹ ਇਸ ਤਰੀਕੇ ਦੇ ਨਾਲ ਫਾਇਰਿੰਗ ਨਹੀਂ ਹੋਈ ਕਿ ਜਿਸ ਤਰ੍ਹਾਂ ਕੋਈ ਪੁਲਿਸ ਮੁਕਾਬਲਿਆਂ ਦੇ ਵਿੱਚ ਹੁੰਦੀ ਹੈ ਕਿ ਆਮੋ ਸਾਹਮਣੇ ਕ੍ਰੋਸ ਫਾਇਰ ਹੋਇਆ ਹੋਵੇ, ਪਰ ਕਿਉਂਕਿ ਉਹਨਾਂ ਨੇ ਜਦ ਪਿਸਟਲ ਉੱਥੋਂ ਜਦੋਂ ਮਿੱਟੀ ਦੇ ਹੇਠੋਂ ਕੱਢੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬਦਮਾਸ਼ ਹੈ ਉਸਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਔਰ ਲਾਜ਼ਮੀ ਤੌਰ 'ਤੇ ਦੋਵਾਂ ਦੀ ਮੰਸ਼ਾ ਇਹੀ ਹੋਏਗੀ ਕਿ ਸ਼ਾਇਦ ਪੁਲਿਸ ਟੀਮ 'ਤੇ ਫਾਇਰ ਕਰਕੇ ਇੱਥੋਂ ਭੱਜਣ ਦੀ ਕੋਈ ਕੋਸ਼ਿਸ਼ ਹੋਵੇ, ਪਰ ਪੁਲਿਸ ਵੱਲੋਂ ਤੁਰੰਤ
ਜੋ ਇਹ ਕਾਰਵਾਈ ਕਰਦਿਆਂ ਹੋਇਆਂ ਇਸ ਵੇਲੇ ਤੁਸੀਂ ਦੇਖੋ ਕਿ ਫੋਰੈਂਸਿਕ ਟੀਮ ਜਿਹੜੀ ਹੈ ਉਹ ਪਹੁੰਚ ਕੇ ਹੁਣ ਪੂਰੇ ਇਸ ਜਿਹੜਾ ਘਟਨਾ ਵਾਲਾ ਜਿਹੜਾ ਥਾਂ ਹੈ ਉਸ ਦੀ ਛਾਣਬੀਨ ਕੀਤੀ ਜਾ ਰਹੀ ਹੈ। ਜਿਹੜੇ ਤੁਸੀਂ ਦੇਖੋ ਕਿ ਬੁਲਟ ਜਿਹੜੇ ਇਸ ਵੇਲੇ ਖੋਲ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੀ ਹੁਣ ਕਲੈਕਟ ਕੀਤਾ ਜਾ ਰਿਹਾ ਉਹਨਾਂ ਦੀ ਨਿਸ਼ਾਨਦੇਹੀ ਕਰਕੇ, ਕਿਉਂਕਿ ਪੂਰਾ ਰਿਕਾਰਡ ਜਿਹੜਾ ਉਹ ਤਿਆਰ ਕੀਤਾ ਜਾਂਦਾ ਜਦੋਂ ਇਸ ਤਰੀਕੇ ਦੀ ਕੋਈ ਵੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ, ਕਿਉਂਕਿ ਅਦਾਲਤ ਦੇ ਵਿੱਚ ਇਹ ਸਾਰੇ ਜਿਹੜੇ ਦਸਤਾਵੇਜ਼ ਨੇ ਜਾਂ ਸਾਰੇ ਸੈਂਪਲ ਜਿਹੜੇ ਨੇ ਉਹ ਪੇਸ਼ ਕੀਤੇ ਜਾਣੇ ਨੇ, ਕਿਉਂਕਿ ਕਈ ਤਰ੍ਹਾਂ ਦੇ ਕਈ ਵਾਰ ਸਵਾਲ ਵੀ ਖੜ੍ਹੇ ਹੁੰਦੇ ਨੇ ਕਿ ਪੁਲਿਸ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ। ਪਰ ਪੁਲਿਸ ਕਮਿਸ਼ਨਰ ਦੇ ਮੁਤਾਬਕ ਇਹੀ ਹੈ ਕਿ ਪਹਿਲਾਂ ਉਹਨਾਂ ਵੱਲੋਂ ਇਹ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਗਈ ਸੀ, ਜਿਸ ਕਰਕੇ ਜੇਕਰ ਪੁਲਿਸ ਇਹ ਕਾਰਵਾਈ ਨਾ ਕਰਦੀ ਤਾਂ ਕਿਸੇ ਨਾ ਕਿਸੇ ਪੁਲਿਸ ਅਧਿਕਾਰੀ ਦਾ ਜਾਂ ਪੁਲਿਸ ਮੁਲਾਜ਼ਮ ਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਸੀ, ਤਾਂ ਇਸ ਕਰਕੇ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਜਦੋਂ ਤੋਂ ਇਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਸੀ ਉਦੋਂ ਤੋਂ ਹੀ ਕਿਤੇ ਨਾ ਕਿਤੇ ਇੱਕ ਖਦਸ਼ਾ ਜ਼ਰੂਰ ਜ਼ਾਹਿਰ ਕੀਤਾ ਜਾ ਰਿਹਾ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ DGP ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਖ਼ਤੀ ਦੇ ਨਾਲ ਇਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ, ਤਾਂ ਇੱਕ ਇਸ ਤਰੀਕੇ ਦੀ ਖਦਸ਼ਾ ਜ਼ਰੂਰ ਸੀ ਕਿ ਸ਼ਾਇਦ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਜਾਵੇ। ਪਰ ਪੁਲਿਸ ਵੱਲੋਂ ਦੁਪਹਿਰ ਵੇਲੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਔਰ ਹਿਰਾਸਤ 'ਚ ਲੈਣ ਤੋਂ ਬਾਅਦ ਜਦੋਂ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਪੁਲਿਸ ਪਹੁੰਚ ਜਾਂਦੀ ਹੈ ਫਿਰ ਇਸ ਥਾਂ 'ਤੇ ਉਹਨਾਂ ਨੂੰ ਲੈ ਕੇ ਆਇਆ ਜਾਂਦਾ, ਜਿੱਥੇ ਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਪੁਲਿਸ ਜਿਹੜੇ ਵੈਪਨ ਉਸ ਦਿਨ ਇਸਤੇਮਾਲ ਹੋਏ ਨੇ ਉਹਨਾਂ ਨੂੰ ਰਿਕਵਰ ਕਰਨ ਦੇ ਲਈ ਇਸ ਜੇਠੂਵਾਲ ਨਹਿਰ ਦੇ ਬਿਲਕੁਲ ਕਿਨਾਰੇ 'ਤੇ ਜੋ ਅੰਮ੍ਰਿਤਸਰ ਦਾ ਵੱਲਾ ਥਾਣਾ ਹੈ ਉਸਦੇ ਬਿਲਕੁਲ ਸਾਹਮਣੇ ਇਹ ਰਸਤਾ ਜਾਂਦਾ ਹੈ, ਤਾਂ ਉਸ ਰਸਤੇ ਦੇ ਉੱਤੇ ਪੁਲਿਸ ਜਦੋਂ ਇਹਨਾਂ ਨੂੰ ਲੈ ਕੇ ਪਹੁੰਚਦੀ ਹੈ ਤਾਂ ਨਹਿਰ ਦੇ ਕੰਢੇ ਇਹਨਾਂ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉੱਥੇ ਜਿਹੜੇ ਵੈਪਨ ਉਸ ਦਿਨ ਇਸਤੇਮਾਲ ਕੀਤੇ ਗਏ ਸੀ ਉਹ ਵੈਪਨ ਇਸ ਥਾਂ 'ਤੇ ਰੱਖੇ ਗਏ ਨੇ, ਤਾਂ ਜਿੱਦਾਂ ਹੀ ਪੁਲਿਸ ਟੀਮ ਉਹਨਾਂ ਨੂੰ ਲੈ ਕੇ ਆਈ ਤਾਂ ਉਹੀ ਵੈਪਨ ਜਿਹੜੇ ਕਿ ਉਸ ਦਿਨ ਇਸਤੇਮਾਲ ਹੋਏ ਸੀ ਉਹੀ ਜਦੋਂ ਉਸ ਥਾਂ ਤੋਂ ਰਿਕਵਰ ਹੁੰਦੇ ਨੇ ਤਾਂ ਫਿਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੁਲਿਸ ਦੇ ਉੱਤੇ ਫਾਇਰ ਕੀਤਾ ਜਾਵੇ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਜੋ ਹੈ ਇਹਨਾਂ ਦੇ ਉੱਤੇ ਫਾਇਰ ਕੀਤਾ, ਔਰ ਉਸ ਦੇ ਵਿੱਚ ਇਹ ਦੋਵੇਂ ਜ਼ਖਮੀ ਹੋ ਜਾਂਦੇ ਨੇ, ਔਰ ਇਹਨਾਂ ਹੋਰ ਟੀਮਾਂ ਜਿਹੜੀਆਂ ਨੇ ਉਹ ਫਿਲਹਾਲ ਕਾਰਵਾਈ ਕਰਦੀਆਂ ਹੋਈਆਂ ਹਾਲੇ ਵੀ ਇੱਥੇ ਨਜ਼ਰ ਆ ਰਹੀਆਂ ਨੇ। ਜੀ ਪਰਵਿੰਦਰ। ਰਾਜੀਵ, ਜੋ ਦੋ ਬਦਮਾਸ਼ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਕਿ ਨੇੜੇ ਦੇ ਕਿਸੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ, ਹਾਲਤ ਫਿਲਹਾਲ ਕਿਸ ਤਰ੍ਹਾਂ ਦੀ ਹੈ? ਦੇਖੋ ਹਾਲਤ ਜੋ ਹੈ, ਕਿਉਂਕਿ ਜੋ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਸ਼ਾਇਦ ਲੱਤ 'ਤੇ ਜਾਂ ਪੈਰ ਦੇ ਉੱਤੇ ਗੋਲੀ ਲੱਗੀ ਹੈ, ਤਾਂ ਗੋਲੀ ਜਦੋਂ ਲੱਗਦੀ ਹੈ ਤਾਂ ਉਸ ਤਰੀਕੇ ਦੇ ਨਾਲ ਹਾਲਤ ਇੱਕ ਵਾਰ ਗੰਭੀਰਤਾ ਜ਼ਰੂਰ ਹੁੰਦੀ ਹੈ, ਪਰ ਨਸ਼ੇ ਦੇ ਆਦੀ ਵੀ ਦੱਸੇ ਜਾ ਰਹੇ ਨੇ, ਤਾਂ ਹੁਣ ਇਲਾਜ ਕਰਵਾਇਆ ਜਾ ਰਿਹਾ ਉਹਨਾਂ ਦਾ, ਉਹ ਇਲਾਜ ਦੇ ਦੌਰਾਨ ਜਦੋਂ ਡਾਕਟਰ ਜੋ ਹੈ ਉਹਨਾਂ ਦਾ ਇਲਾਜ ਕਰਨਗੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਖਿਲਾਫ਼ ਜੋ ਵੀ ਕਾਰਵਾਈ ਕਰਨੀ ਹੈ, ਕਿਉਂਕਿ ਹਾਲੇ ਉਹਨਾਂ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਣਾ ਸੀ, ਪਰ ਕੋਰਟ 'ਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੈਪਨ ਕਿਸੇ ਵੀ ਘਟਨਾ ਦੇ ਵਿੱਚ ਇਸਤੇਮਾਲ ਕੀਤੇ ਗਏ ਹੋਣ ਉਹਨਾਂ ਨੂੰ ਰਿਕਵਰ ਕੀਤਾ ਜਾਵੇ, ਕਿਉਂਕਿ ਜੇਕਰ ਵੈਪਨ ਰਿਕਵਰ ਨਹੀਂ ਹੁੰਦੇ ਤਾਂ ਬਾਅਦ ਦੇ ਵਿੱਚ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ, ਤਾਂ ਕੋਸ਼ਿਸ਼ ਪੁਲਿਸ ਦੀ ਇਹ ਸੀ ਕਿ ਉਹ ਵੈਪਨ ਵੀ ਰਿਕਵਰ ਕਰ ਲਏ ਜਾਣ, ਪਰ ਜਦੋਂ ਉਸ ਦੀ ਰਿਕਵਰੀ ਦੇ ਲਈ ਪੁਲਿਸ ਟੀਮ ਇੱਥੇ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਇਹ ਜਿਹੜੀ ਪੂਰੀ ਕਾਰਵਾਈ ਹੈ ਉਹ ਨਜ਼ਰ ਆਉਂਦੀ ਹੈ, ਔਰ ਸ਼ਾਮ ਵੇਲੇ ਲਗਭਗ 5:30 ਤੋਂ 6 ਵਜੇ ਦੇ ਆਸ ਪਾਸ, ਕਿਉਂਕਿ ਹੁਸ਼ਿਆਰਪੁਰ ਤੋਂ ਪੁਲਿਸ ਨੇ ਅੰਮ੍ਰਿਤਸਰ ਆਉਣਾ ਸੀ ਤਾਂ 3:30 ਘੰਟੇ ਦਾ ਸਮਾਂ ਜਿਹੜਾ ਉਹ ਵੀ ਲੱਗਦਾ, ਔਰ ਜਦੋਂ ਕਿਸੇ ਨੂੰ ਹਿਰਾਸਤ 'ਚ ਲਿਆ ਜਾਂਦਾ ਤਾਂ ਉਦੋਂ ਵੀ ਬਹੁਤ ਸਾਰੀਆਂ ਫੋਰਮੈਲਿਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਕੰਪਲੀਟ ਕਰਨੀਆਂ ਜ਼ਰੂਰੀ ਨੇ, ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਇੱਥੇ ਪਹੁੰਚਦੀ ਹੈ ਇਹਨਾਂ ਨੂੰ ਲੈ ਕੇ ਤਾਂ ਫਿਰ ਇਹਨਾਂ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਉਸ ਨੂੰ ਨਾਕਾਮ ਕਰਨ ਦੇ ਲਈ ਪੁਲਿਸ ਦੀ ਜਿਹੜੀ
ਟੀਮ ਇੱਥੇ ਮੌਜੂਦ ਸੀ, ਉਹਨਾਂ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਤਾਂ ਉਸਦੇ ਵਿੱਚ ਦੋਵੇਂ ਜ਼ਖਮੀ ਹੋਏ। ਫਿਲਹਾਲ ਉਹਨਾਂ ਨੂੰ ਇਲਾਜ ਦੇ ਲਈ ਜੋ ਹੈ ਹਸਪਤਾਲ ਦੇ ਵਿੱਚ ਭੇਜਿਆ ਗਿਆ। ਔਰ ਦੂਜੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਪੁਲਿਸ ਦੀ ਜਿਹੜੀ ਬਾਕੀ ਕਾਰਵਾਈ ਬਣਦੀ ਹੈ ਉਹ ਫਿਲਹਾਲ ਜਾਰੀ ਹੈ। ਤੁਸੀਂ ਦੇਖੋ ਕਿ ਹਨੇਰਾ ਜੋ ਹੈ ਉਹ ਵੀ ਹੋਣਾ ਸ਼ੁਰੂ ਹੋ ਚੁੱਕਿਆ, ਪਰ ਪੁਲਿਸ ਵੱਲੋਂ ਲਗਾਤਾਰ ਤੁਸੀਂ ਦੇਖੋ ਕਿ ਜਿਸ ਥਾਂ ਦਾ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਜਿਸ ਥਾਂ ਦੇ ਉੱਤੇ ਉਹ ਪੁਲਿਸ ਦੀ ਟੀਮ ਨੂੰ ਲੈ ਕੇ ਆਏ ਸੀ ਕਿ ਇਸ ਥਾਂ ਦੇ ਉੱਤੇ ਉਹਨਾਂ ਨੇ ਵੈਪਨ ਜਿਹੜੇ ਨੇ ਉਹ ਮਿੱਟੀ ਦੇ ਵਿੱਚ ਦੱਬ ਦਿੱਤੇ ਸੀ, ਤਾਂ ਉੱਥੇ ਹੁਣ ਫੋਰੈਂਸਿਕ ਟੀਮ ਜਿਹੜੀ ਆ ਉਸ ਜਗ੍ਹਾ ਦਾ ਵੀ ਤੁਸੀਂ ਦੇਖੋ ਕਿ ਉੱਥੋਂ ਬਾਕਾਇਦਾ ਤੌਰ 'ਤੇ ਜਿਹੜੇ ਸੈਂਪਲ ਨੇ ਉਹ ਕਲੈਕਟ ਕੀਤੇ ਜਾ ਰਹੇ ਨੇ। ਔਰ ਦੋ ਜਿਹੜੇ ਵੈਪਨ ਉਹਨਾਂ ਵੱਲੋਂ ਇਸਤੇਮਾਲ ਕੀਤੇ ਗਏ ਸੀ ਉਹ ਵੀ ਇਸ ਵੇਲੇ ਤੁਸੀਂ ਦੇਖੋ ਕਿ ਉਹ ਪੁਲਿਸ ਅਧਿਕਾਰੀਆਂ ਦੇ ਹੱਥ ਦੇ ਵਿੱਚ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਦੀ ਵੀ ਜਾਂਚ ਜਿਹੜੀ ਹੈ ਉਹ ਜ਼ਰੂਰੀ ਹੈ, ਕਿਉਂਕਿ ਇਹੀ ਜਿਹੜੇ ਪਿਸਟਲ ਨੇ ਉਹ ਉਸ ਦਿਨ ਵੀ ਇਸਤੇਮਾਲ ਹੋਏ ਔਰ ਅੱਜ ਵੀ ਪੁਲਿਸ ਦੀ ਟੀਮ ਦੇ ਉੱਤੇ ਇਸੇ ਹੀ ਪਿਸਟਲ ਦੇ ਨਾਲ ਜੋ ਹੈ ਗੋਲੀ ਪੁਲਿਸ ਅਧਿਕਾਰੀਆਂ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਪੁਲਿਸ ਨੇ ਜੋ ਹੈ ਤੁਰੰਤ ਜੋ ਹੈ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੂੰ ਜੋ ਹੈ ਨਾ ਤਾਂ ਉਹਨਾਂ ਨੂੰ ਫਾਇਰਿੰਗ ਜਾਂ ਕਿ ਕਿਉਂਕਿ ਜੇਕਰ ਫਾਇਰਿੰਗ ਉਹ ਕਰਦੇ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਮੁਲਾਜ਼ਮ ਦਾ ਕੋਈ ਨੁਕਸਾਨ ਉਹ ਕਰ ਸਕਦੇ ਸੀ, ਪਰ ਕਿਉਂਕਿ ਸੀਨੀਅਰ ਆਫਿਸਰ ਜਿਹੜੇ ਨੇ ਉਹ ਵੀ ਇਸ ਟੀਮ ਦੇ ਨਾਲ ਮੌਜੂਦ ਸੀ, ਜਿਹੜੇ ਹੋਰ ਮੁਲਾਜ਼ਮ ਹੁੰਦੇ ਨੇ ਜਿਹੜੇ ਕਿ ਅਕਸਰ ਅਜਿਹੇ ਬਦਮਾਸ਼ਾਂ ਦੇ ਨਾਲ ਨਜਿੱਠਣ ਦੇ ਲਈ ਜਿਨ੍ਹਾਂ ਨੂੰ ਖਾਸ ਟ੍ਰੇਨਿੰਗ ਹੁੰਦੀ ਹੈ ਉਹ ਇਹਨਾਂ ਟੀਮਾਂ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ, ਤਾਂ ਤੁਰੰਤ ਜੋ ਹੈ ਜਿੱਦਾਂ ਹੀ ਉਹਨਾਂ ਨੂੰ ਇਹਨਾਂ ਦੀ ਇਸ ਹਰਕਤ ਬਾਰੇ ਪਤਾ ਲੱਗਦਾ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਔਰ ਇਸ ਕਾਰਵਾਈ ਦੇ ਵਿੱਚ ਦੋਵੇਂ ਬਦਮਾਸ਼ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ। ਇਸ ਇਹ ਜਿਹੜੀ ਜਾਣਕਾਰੀ ਹੈ ਖੁਦ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦਿੱਤੀ ਹੈ, ਤਾਂ ਕਿਤੇ ਕਿਤੇ ਇੱਕ ਅਜਿਹੇ ਬਦਮਾਸ਼ਾਂ ਨੂੰ ਸਬਕ ਜੋ ਹੈ ਸਿਖਾਉਣ ਦੇ ਲਈ ਵੀ ਪੁਲਿਸ ਅਜਿਹੀ ਕਾਰਵਾਈ ਕਰਦੀ ਹੈ, ਕਿਉਂਕਿ ਆਏ ਦਿਨ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਔਰ ਇਸ ਘਟਨਾ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਸੀ ਕਿ ਇਹ ਦੋਵੇਂ ਜਿਹੜੇ ਨੇ ਬੇਖੌਫ ਹੋ ਕੇ ਨਿਡਰ ਹੋ ਕੇ ਕੋਈ ਇਹਨਾਂ ਨੇ ਆਪਣਾ ਫੇਸ ਨਹੀਂ ਸੀ ਕਵਰ ਕੀਤਾ ਹੋਇਆ ਔਰ ਇੱਕ ਸ਼ਖਸ ਦੇ ਘਰ ਦੇ ਵਿੱਚ ਆ ਕੇ ਫਾਇਰਿੰਗ ਕਰ ਦਿੰਦੇ ਨੇ, ਹਾਲਾਂਕਿ ਮਾਮਲਾ ਭਾਵੇਂ ਉਹਨਾਂ ਦਾ ਇੱਕ ਨਿੱਜੀ ਵਿਵਾਦ ਸੀ, ਪਰ ਸਵਾਲ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਉੱਤੇ ਖੜੇ ਹੋਏ। ਠੀਕ ਹੈ ਜੀ, ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਵੱਡੀ ਖਬਰ ਜੁੜੀ ਹੋਈ ਹੈ NRI ਸੁਖਚੈਨ ਸਿੰਘ ਤੇ ਹਮਲੇ ਦੇ ਮਾਮਲੇ ਦੇ ਵਿੱਚ। ਦਰਅਸਲ ਹੁਸ਼ਿਆਰਪੁਰ ਤੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, 2 ਮੁਲਜ਼ਮਾਂ ਨੂੰ ਪੁਲਿਸ ਨਾਲ ਲੈ ਕੇ ਪਹੁੰਚਦੀ ਹੈ ਹਥਿਆਰਾਂ ਦੀ ਰਿਕਵਰੀ ਨੂੰ ਲੈ ਕੇ। ਤਾਂ ਇਸੇ ਦੌਰਾਨ ਜੋ ਕਿ ਪੁਲਿਸ ਕਮਿਸ਼ਨਰ ਦਾ ਬਿਆਨ ਸਾਹਮਣੇ ਆਇਆ ਕਿ ਦੋਵੇਂ ਬਦਮਾਸ਼ਾਂ ਦੇ ਵੱਲੋਂ ਦੋਵੇਂ ਮੁਲਜ਼ਮਾਂ ਦੇ ਵੱਲੋਂ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ। ਦੋਵੇਂ ਬਦਮਾਸ਼ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਤਾਂ ਲਗਾਤਾਰ ਇਸ ਖਬਰ 'ਤੇ ਬਣੇ ਹੋਏ ਆ, ਹੋਰ ਵੀ ਜੋ ਜਾਣਕਾਰੀ ਸਾਹਮਣੇ ਆਵੇਗੀ ਉਹ ਵੀ ਸਭ ਤੋਂ ਪਹਿਲਾਂ ਦਰਸ਼ਕਾਂ ਤੱਕ ਪਹੁੰਚਾਵਾਂਗੇ। ਫਿਲਹਾਲ ਇੱਥੇ ਰੁਕ ਰਹੇ ਹਾਂ ਛੋਟੀ ਜਿਹੀ ਬ੍ਰੇਕ ਲਈ। Homes near Mohali Airport. Call 9207492074. इस न्यूज हेडलाइंस के प्रायोजक एरोट्रो होम्स नियर मोहाली एयरपोर्ट। कॉल 9207492074।